ਅਮਰੀਕਾ ਦੇ ਪ੍ਰੈਜ਼ੀਡੈਂਟ ਜੋਬਾਰਡਨ ਸਾਹਿਬ ਜਿਹੜੇ ਕਿ ਬਹੁਤ ਹੀ ਤਰਦਲ ਦੇ ਨਾਲ ਬੜੀ ਮਿਹਨਤ ਦੇ ਨਾਲ ਔਰ ਬੜੀ ਕਸ਼ਮਰ ਕ੍ਰਸ਼ਤੇ ਬਾਅਦ ਆ ਚਪਤ ਲੈ ਰਹੇ ਮੈਂ ਉਹਨਾਂ ਨੂੰ ਵਧਾਈ ਦੇਣ ਦੇ ਲਈ ਉਹਨਾਂ ਦਾ ਇਹ ਮੂਮ ਦਾ ਪੁਤਰਾ ਬਣਾਇਆ ਜਿਸ ਦੇ ਥਰੂ ਮੈਂ ਅਮਰੀਕਾ ਦੇ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਆਪਣੇ ਹਿੰਦੁਸਤਾਨ ਵੱਲੋਂ ਹਿੰਦੁਸਤਾਨਵਾਦੀਆਂ ਵੱਲੋਂ ਆਪਣੇ ਵੱਲੋਂ ਕਿਉਂਕਿ ਉਹਨਾਂ ਨੇ ਸਾਬਤ ਕਰਤਾ ਕਿ ਡੈਮੋਕ੍ਰੇਸੀ ਕੀ ਚੀਜ਼ ਹੈ ਯਾਨੀ ਉਹਨਾਂ ਨੇ ਸਾਬਤ ਕਰਤਾ ਕਿ ਜਿੱਦਾਂ ਪਹਿਲੇ ਪ੍ਰੈਜ਼ੀਡੈਂਟ ਉਹ ਮਤਲਬ ਆਪਣੀ ਕੁਰਸੀ ਛੱਡਣ ਦਾ ਨਾਂ ਨਹੀਂ ਸੀ ਲੈ ਰਹੇ ਉਹ ਸਮਝਦੇ ਸੀ ਵੀ ਸਾਡੇ ਪਿਓ ਦੀ ਜ਼ਗੀਰ ਹੈ ਅਮਰੀਕਾ ਤੇ ਉਹਨਾਂ ਨੇ ਇਹਨਾਂ ਦੀ ਜਿਹੜੀ ਜਿੱਤ ਹੈ ਇਸ ਚੀਜ਼ ਦਾ ਇੱਕ ਬੜਾ ਵੱਡਾ ਸੰਦੇਸ਼ ਹੈ ਕਿ ਜਨਤਾ ਦੇ ਹੱਥ ਜਿਹੜੀ ਹੈ ਨਾ ਜਨਤਾ ਜਨਾਰਧਨ ਜਿਹੜੇ ਹੈ ਉਹਦੇ ਹੱਥ ਤਾਕਤ ਹੈ ਉਹ ਕਿਤੇ ਵੀ ਲੀਡਰ ਨੂੰ ਹਟਾ ਸਕਦੀ ਹੈ ਕਿਤੇ ਵੀ ਲੀਡਰ ਨੂੰ ਮਿਠਾ ਸਕਦੀ ਹੈ ਐਕਚੁਅਲੀ ਮੈਂ ਅਗਗੇ ਦਾ 3 ਮਹੀਨੇ ਵਿੱਚ ਬਣਾ ਲੈਂਦਾ ਸੀ ਸਟੈਚੂ ਮਗਰ ਐਸ ਕੀ ਥੋੜਾ ਜਿਹਾ ਕਿਉਂਕਿ ਸਰਦੀਆਂ ਵੀ ਹੋ ਗਈਆਂ ਕੁਝ ਮੈਂ ਥੋੜਾ ਜਿਹਾ ਕਰੋਨਾ ਦੇ ਖਤਰੇ ਦੇ ਵਿੱਚ ਬਹੁਤਾ ਆਊਟਿੰਗ ਨਹੀਂ ਹੋਈ ਤੇ ਸਮਾਨ ਸਮੂਹ ਲਿਆਉਣ ਦੇ ਵਿੱਚ ਟਾਈਮ ਵੀ ਲੱਗ ਗਿਆ ਔਰ ਥੋੜੀ ਸਰਦੀ ਜ਼ਿਆਦਾ ਹੋਣ ਕਰਕੇ ਫਿਰ ਵੀ ਮੈਨੂੰ 4 ਮਹੀਨੇ ਲੱਗੇ ਐਕਚੁਅਲੀ ਲੋਕਾਂ ਨੂੰ ਇਸੀ ਦਾ ਇਲਮ ਨਹੀਂ ਹੈਗਾ ਇਹ ਸਾਰਾ ਸਟੈਚੂ ਪਹਿਲਾਂ ਕਲੇ ਦਾ ਬੰਦਾ ਮਿੱਟੀ ਦਾ ਉਹ ਖਾਸ ਤਰ੍ਹਾਂ ਦੀ ਕਲੇ ਹੁੰਦੀ ਬਣਾਉਣ ਤੋਂ ਬਾਅਦ ਉਹਦੀ ਪਲਾਸਟਰ ਪਰਸ ਦੀ ਡਾਈ ਬੰਦੀ ਡਾਈ ਬਣਨ ਤੋਂ ਬਾਅਦ ਫਿਰ ਉਹਦੇ ਵਿੱਚ ਜਿਹੜਾ ਬਾਡੀ ਦਾ ਪਾਰਟ ਹੈ ਉਹ ਸੀ ਫਾਈਬਰ ਚ ਕਾਸਟ ਕਰਦੇ ਆਂ ਔਰ ਜੇ ਉੱਪਰਲਾ ਪਾਰਟ ਹੈ ਉਹ ਸਿਲੀਕੋਨ ਦੇ ਵਿੱਚ ਕਾਸਟ ਕਰਦੇ ਆਂ ਉਹਦੇ ਬਾਅਦ ਫਿਰ ਅੱਖਾਂ ਦੰਦ ਵਾਲੇ ਸਾਰੇ ਜਿਹੜੇ ਬਾਹਰ ਚ ਲਾ ਕੇ ਉਹਦੇ ਬਾਅਦ ਕੱਪੜੇ ਪਾਏ ਜਾਂਦੇ ਔਰ ਕਿਉਂਕਿ ਕਿਸੇ ਦੀ ਸ਼ਕਲ ਮਲਾਨੀ ਜਿਹਨੂੰ ਮੈਂ ਦੇਖਿਆ ਨਹੀਂ ਸਿਰਫ ਇੱਕ ਫੋਟੋ ਦੇ ਤੋਂ ਕਿਸੇ ਦੀ ਸ਼ਕਲ ਮਲਾਨੀ ਬੜੀ ਔਖੀ ਹੈ ਕਿਉਂਕਿ ਜਦੋਂ ਤੱਕ ਤੁਹਾਨੂੰ ਨਹੀਂ ਪਤਾ ਕਿ ਨੱਕ ਕਿੰਨਾ ਉੱਚਾ ਅੱਖਾਂ ਕਿੰਨੀਆਂ ਡੂੰਘੀਆਂ ਮੱਥਾ ਕਿੰਨਾ ਬਾਹਰ ਹੈ ਤੁਸੀਂ ਕਿੱਦਾਂ ਬਣਾ ਸਕਦੇ ਹੋ ਇਹ ਸਿਰਫ ਮੈਨੂੰ ਥੋੜਾ ਬਹੁਤ ਮਤਲਬ ਪਰਮਾਤਮਾ ਵੱਲੋਂ ਦੇਣ ਹੈ ਤੇ ਮੈਂ ਸਿਰਫ ਸਿੰਗਲ ਡਾਈਮੈਂਸ਼ਨ ਤੋਂ ਹੀ 3 ਡਾਈਮੈਂਸ਼ਨਸ ਕੱਢਦਾ ਤੇ ਉਹਦੇ ਨਾਲ ਬਣਾਉਣਾ ਹਾਲਾਂਕਿ ਮੈਂ ਤੁਹਾਨੂੰ ਪਤਾ ਲੰਡਨ ਚ ਬੰਦੇ ਆ ਜਿੱਥੇ ਬੰਦੇ ਆ ਉਹ ਇਹ 245 ਮੀਜਰਮੈਂਟਸ ਲੈਂਦੇ ਆ ਸੈਲੀਬ੍ਰਿਟੀ ਉਹਨਾਂ ਕੋਲ ਜਾਂਦੇ ਉਹਦੇ ਬਾਅਦ ਉਹ ਬਣਾਉਂਦੇ ਮਗਰ ਮੇਰੇ ਕੋਲ ਕਦੀ ਕੋਈ ਸੈਲੀਬ੍ਰਿਟੀ ਨਹੀਂ ਆਇਆ ਸੋ ਆਈ ਇਕਵਰ ਕਪਲ ਸ਼ਰਮਾ ਆਇਆ ਸੀਗਾ ਤੇ ਇਕਵਰ ਮੇਰ ਮਿੱਤਲ ਜੀ ਆਏ ਸੀਗੇ ਜਿਨ੍ਹਾਂ ਨੇ ਮੈਂ ਮੀਜਰਮੈਂਟਸ ਲਈਆਂ ਬਾਕੀ ਤਾਂ ਤਕਰੀਬਨ ਸਾਰੇ ਮੈਂ ਅੰਦਾਜ਼ੇ ਨਾਲ ਹੀ ਬਣਾਏ